ਮੈਂਬਰਾਂ ਦੇ ਵੱਲੋਂ ਹਾਈਵੇ ਤੇ ਲਾਸ਼ ਰੱਖ ਕੇ ਪਠਾਨਕੋਟ ਅੰਮ੍ਰਿਤਸਰ ਰੋਡ ਜਾਮ ਕਰ ਦਿੱਤਾ ਗਿਆ। ਪਠਾਨਕੋਟ ਦੇ ਪਿੰਡ ਗੋਬਿੰਦਸਰਾਂ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਤਲਕਾਂਡ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਵੱਲੋਂ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਅਲਾਮੀ ਇਮਾਜ਼ਾ ਦੇ ਨਾਂ ਪਹਿਨਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਪਠਾਨਕੋਟ ਅੰਮ੍ਰਿਤਸਰ ਹਾਈਵੇ ਜਾਮ ਕਰ ਦਿੱਤਾ ਗਿਆ। ਲੋਕਾਂ ਦੇ ਵੱਲੋਂ ਪੁਲਿਸ ਦੀ ਕਾਰਵਾਈ ਤੇ ਸਵਾਲ ਚੁੱਕੇ ਗਏ। ਹਾਈਵੇ ਜਾਮ ਕਰਨ ਦੇ ਉਪਰੰਤ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਪੁਲਿਸ ਦਾ ਇਸ ਮਾਮਲੇ ਦਾ ਰਵੱਈਆ ਢਿੱਲਾ ਹੈ, ਜਦਕਿ ਉਹਨਾਂ ਦੇ ਵੱਲੋਂ ਪੁਲਿਸ ਨੂੰ ਦੋਸ਼ੀਆਂ ਦੇ ਨਾਮ ਤੱਕ ਦੱਸੇ ਗਏ ਹਨ, ਪਰ ਫਿਰ ਵੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ। ਨਾਮ ਤੁਹਾਡਾ ਤੇ ਤੁਸੀਂ ਧਰਨਾ ਲਗਾਇਆ, ਕਿਉਂ ਲਗਾਇਆ? ਮੇਰਾ ਨਾਮ ਬਲਰਾਜ ਸੈਣੀ ਆ, ਮੈਂ ਵੀ ਚਾਚੇ ਦਾ ਮੁੰਡਾ ਛੋਟਾ, ਠੀਕ ਹੈ ਜੀ। ਸਵੇਰੇ ਪਹਿਲੇ ਤੇ ਨਾਂ ਨਹੀਂ ਲਿਖਦੇ ਸਾਡੇ, ਜਿਹੜੇ ਅਸੀਂ ਲਿਖਾਂਡੇ ਸੀ, ਠੀਕ ਹੈ। ਜਦ ਜ਼ੋਰ ਪਾ ਕੇ ਲਿਖਾਏ ਆ, ਉਹਦਾ ਇੱਕ ਬੰਦਾ ਜਾ ਕੇ ਇਹਨਾਂ ਨੇ ਥਾਣੇ ਜੁਆਈਆਂ ਲਿਖਾ ਬਾਲੇ ਦਾ, ਹੈਂ ਉਹਦੀ ਕੋਈ ਕੋਈ ਕਾਰਵਾਈ ਨਹੀਂ ਕਰਨ ਦੇ, ਸਿੱਧਾ ਥਾਣਿਆਂ ਵਾਲੇ ਦਾ, ਔਰ ਕੁਛ ਨਹੀਂ ਕੀਤੇ ਦਾ। ਨਾ ਨਾ ਉਹਦਾ ਘਰ ਇੱਕ ਬਹਾਦਰਾ ਪਿੰਡੋਂ, ਉਹ ਘਰ ਉਹ ਘਰ ਉਹ ਇਹਦੇ ਮਾਮੇ ਦੇ ਪੁੱਤ ਲੱਗਦੇ ਆ, ਉਹ ਕਿਉਂ ਨਹੀਂ ਇੱਥੇ ਲੈ ਕੇ ਜਾਣ ਦੇ ਉਹਨਾਂ ਨੂੰ, ਹੈਂ ਠੀਕ ਹੈ। ਅਸੀਂ ਕਹਿ ਮੇਰਾ ਚਾਚਾ ਸੀ ਜਿਹੜਾ ਸਾਹਿਬ, ਉਹਨੂੰ ਵੀ ਕੁੱਟ ਕੁੱਟ ਕੇ ਇਹਨਾਂ ਚਾਰਾਂ ਜਣਿਆਂ ਨੇ ਮਾਰ ਛੱਡਿਆ। ਉਸ ਟਾਈਮ ਸਵੇਰੇ ਤੜਕੇ ਦਾ ਟਾਈਮ ਸੀ, ਕੋਈ ਨਹੀਂ ਸਾਡੇ 'ਚ ਘਰ, ਸਾਰੇ ਬਾਹਰ ਅੰਦਰ ਕੰਮ ਚੱਲਦੇ ਆ, ਸਭ ਦਿਹਾੜੀ ਮਜ਼ਦੂਰ ਆ। ਹੁਣ ਤੁਸੀਂ ਕੀ ਕੀਤਾ ਹੈਗਾ, ਕਿਉਂ ਕਰਨ ਦੀ ਨੌਬਤ ਆਈ ਹੈ? ਸਾਨੂੰ ਕਰ ਸਾਡੇ ਸੁਣਿਆ ਕੋਈ ਨਹੀਂ ਕਰਦਾ, ਸੁਣਵਾਈ ਨਹੀਂ ਹੋਈ, ਕਾਗਜ਼ੀ ਕਾਰਵਾਈ ਦਿਓ ਸਾਨੂੰ। ਇਨਸਾਫ ਚਾਹੀਦਾ, ਇਨਸਾਫ ਹੁਣ ਦੇ ਦਿਓ, ਅਸੀਂ ਹੁਣ ਚੱਲ ਜਾਂਦੇ ਹਾਂ, ਠੀਕ ਹੈ ਜੀ। ਹੁਣ ਇਹ ਲਿਆਓ, ਸਾਨੂੰ ਇਨਸਾਫ ਦਿਓ। ਨਾਮ ਤੁਹਾਡਾ ਕੀ? ਨਾਮ ਤੁਹਾਡਾ? ਧਰਨਾ ਕਿਉਂ ਲਗਾਇਆ? ਅੱਛਾ ਜੀ, ਹਾਂ ਕਿਉਂ ਧਰਨਾ ਲਗਾਇਆ ਤੁਸੀਂ? ਧਰਨਾ ਲਾਇਆ, ਸਾਡੇ ਭਰਾ ਨੂੰ ਰਾਤ ਨੂੰ ਮਾਰਿਆ ਗਿਆ, ਪਹਿਲੀ ਮੋਟਰ 'ਤੇ ਜਾ ਕੇ ਮਤਲਬ ਮਾਰਿਆ ਗਿਆ, ਘਰੋਂ ਗਿਆ 9-10 ਵਜੇ, ਅਤੇ ਉਹ ਜਾਂਦੇ ਮਾਰ ਦਿੱਤਾ ਉਹਨੂੰ, ਮਤਲਬ ਬੰਦੇ ਜਿਹੜੇ ਵੀ ਆ ਫੜੇ ਜਾਣ, ਅਤੇ ਉਹਨਾਂ ਨੂੰ ਸਜ਼ਾ ਦਿੱਤੀ ਜਾ, ਨਾਲ ਜਿਹੜਾ ਨਾਂ ਲਿਖਾਇਆ, ਨਾਂ ਕਿਉਂ ਨਹੀਂ ਲਿਖਦੇ ਪਏ, ਨਾਂ ਲਿਖਣ ਹੁੰਦੇ ਉਹਨਾਂ ਨੂੰ ਚੁੱਕਣ ਸਾਰੇ, ਕੌਣ ਨਹੀਂ ਲਿਖ ਰਿਹਾ ਨਾਂ, ਕਿਉਂ ਨਹੀਂ ਕਾਰਵਾਈ? ਹੁਣ ਕੀ ਮੰਗ ਆ ਤੁਹਾਡੀ? ਮੰਗ ਸਾਡੀ ਇਹ ਵੀ ਉਹਨੂੰ ਫੜਿਆ ਜਾਏ, ਵੱਢਿਆ ਗਿਆ ਕਾਰਵਾਈ ਕਿਉਂ ਨਹੀਂ ਹੋ ਰਹੀ? ਕੀ ਮਾਮਲਾ ਜੀ ਇਹ, ਤੁਸੀਂ ਕੀ ਐਫ ਆਈ ਆਰ ਦਰਜ ਕੀਤੀ ਹੈ? ਹੁਣ ਰੋਸ ਸਰੂਪ ਇਹਨਾਂ ਨੇ ਰੋਡ ਦੀ ਜਾਮ ਕੀਤਾ ਜੀ। ਇਸ ਤਰ੍ਹਾਂ ਕਿ ਅੱਜ ਆਪਾਂ ਨੂੰ ਸਵੇਰੇ ਤਕਰੀਬਨ 1 ਵਜੇ ਦੇ ਲਾਗੇ ਇਨਫੋਰਮੇਸ਼ਨ ਮਿਲੀ ਸੀ, ਪਿੰਡ ਗੋਬਿੰਦਸਰ 'ਚ ਇੱਕ ਡੈੱਡ ਬੋਡੀ ਬਾਹਰ ਪੈਲੀਆਂ 'ਚ ਮੋਟਰ ਦੇ ਨਾਗੇ ਪਈ ਹੈ, ਅਤੇ ਉਹਦੇ ਬਾਅਦ ਆਪਾਂ ਸੀ ਟੀ ਚੈੱਕ ਕਰਦੇ ਮੌਕੇ 'ਤੇ ਪਹੁੰਚੇ ਸੀ, ਜਿੱਥੇ ਆਪਾਂ ਡੈੱਡ ਬੋਡੀ ਵੇਰੀਫਾਈ ਕੀਤੀ ਸੀ, ਅਤੇ ਡੈੱਡ ਬੋਡੀ ਜਿਹੜੀ ਆ ਉਹਦੇ ਮਗਰੋਂ ਆਪਾਂ ਜਿਹੜੀ ਉਹਦੀ ਇਨਵੈਸਟੀਗੇਸ਼ਨ ਅੱਗੇ ਸਟਾਰਟ ਕੀਤੀ। ਉਹਦੇ ਬਾਅਦ ਆਪਾਂ ਇਹਦੇ 'ਤੇ 302 ਦਾ ਮੁਕੱਦਮਾ ਸਦਰ 'ਚ ਦਰਜ ਕੀਤਾ ਸੀ ਜੀ, ਅਤੇ ਉਹਦੇ ਬਾਅਦ ਆਪਾਂ ਅੱਗੇ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਸੀ। ਪਰ ਜਦੋਂ ਇਹਨਾਂ ਨੇ ਬੋਡੀ ਦੀ ਪੋਸਟਮਾਰਟਮ ਕਰਵਾਇਆ, ਮਗਰੋਂ ਆ ਕੇ ਇਹਨਾਂ ਨੇ ਫਿਰ ਇੱਥੇ ਹਾਈਵੇ ਜਾਮ ਕੀਤਾ। ਇਹ ਕੁਛ ਬੰਦੇ ਚਾਹੁੰਦੇ ਸੀ ਉਹ 'ਚ ਨਾਮਜ਼ਦ ਹੋਣ, ਅਤੇ ਆਪਾਂ ਉਹਦੇ ਬਾਅਦ ਇਹਨਾਂ ਦੀ ਜਿਹੜੀ ਮੰਗ ਸੀ ਉਹਦੇ ਅਨੁਸਾਰ ਅਤੇ ਬਾਕੀ ਫੈਕਟਸ ਨੂੰ ਦੇਖਦੇ ਹੋਏ ਆਪਾਂ ਫਿਰ ਇਹਦੇ 'ਚ ਜਿਹੜੇ ਬੰਦੇ ਆ ਉਹ ਨਾਮਜ਼ਦ ਕਰ ਰਹੇ ਹਨ। ਉਹਦੀ ਬਣਦੀ ਕਾਰਵਾਈ ਹੁਣ ਆਪਾਂ ਥਾਣੇ ਨਿੱਕੇ ਤੋਂ ਬਿਆਨ ਭੇਜੇ, ਉਹਦੇ 'ਤੇ ਕਾਰਵਾਈ ਕਰ ਰਹੇ ਹਾਂ। ਪਰ ਉਹਨਾਂ 'ਚ ਕੋਈ ਗ੍ਰਿਫਤਾਰ ਨਹੀਂ ਕੀਤਾ ਹੈਗਾ? ਇੱਕ ਬੰਦਾ ਉਹਨਾਂ 'ਚ ਸਾਡੀ ਕਸਟਡੀ 'ਚ ਹੈ, ਅਤੇ ਉਹਦੀ ਆਪਾਂ ਅਰੈਸਟ ਪਾਉਂਗੇ।